ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਨਰਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਗੱਲ ਕਰਾਂਗੇ ਅੱਜ ਆਪਾਂ ਇਸ ਵੀਡੀਓ ਵਿੱਚ ਨਵੰਬਰ ਮਹੀਨੇ ਦੇ ਵਿੱਚ ਇੱਕੜਾ ਸਰਦੀ ਦਾ ਉਤਰਾ ਜਿਹਨੂੰ ਆਪਾਂ ਪਹਿਲਾਂ ਚੱਕਰਵਾਤੀ ਤੂਫਾਨ ਕਹਿ ਸਕਦੇ ਹਾਂ ਜਾਨੀ ਕਿ ਘੱਟ ਦਬਾਅ ਦਾ ਖੇਤਰ ਜਿਹੜਾ ਇੱਕ ਚੱਕਰਵਾਤੀ ਹਵਾਵਾਂ ਦੇ ਕੇਂਦਰ ਦੇ ਵਿੱਚ ਬਦਲੇਗਾ ਤੇ ਭਾਰਤ ਦੇ ਉੱਤਰ ਪੱਛਮੀ ਇਲਾਕੇ ਮੈਦਾਨੀ ਭਾਗਾਂ ਨੂੰ ਪ੍ਰਭਾਵਿਤ ਕਰੇਗਾ ਸੋ ਇਸ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਪੰਜਾਬ ਦੇ ਉੱਪਰ ਇਸ ਦਾ ਪ੍ਰਭਾਵ ਕਿੰਨਾ ਕੁ ਪੈ ਸਕਦਾ ਹੈ ਕਿਹੜੇ ਦਿਨਾਂ ਦੌਰਾਨ ਪੈ ਸਕਦਾ ਹੈ ਸੋ ਪਹਿਲਾਂ ਜਿਵੇਂ ਗੱਲ ਕਰੀਏ ਇਸ ਸਿਸਟਮ ਦਾ ਜਿਹੜਾ ਨਿਰਮਾਣ ਹੈ ਜੇਕਰ ਆਪਾਂ ਇਸ ਤਸਵੀਰ ਤੇ ਦੇਖੀਏ ਤਾਂ ਲਗਭਗ ਅਰਬ ਸਾਗਰ ਦੇ ਇਸ ਇਲਾਕੇ ਦੇ ਵਿੱਚ ਇਹ ਚੱਕਰਵਾਤੀ ਤੂਫਾਨ ਜਿਹੜਾ ਬਣਨ ਜਾ ਰਿਹਾ ਹੈ ਇਸ ਦਾ ਜੋ ਨਿਰਮਾਣ ਹੈ ਲਗਭਗ 2-3 ਨਵੰਬਰ ਦੇ ਆਸ-ਪਾਸ ਹੋਣਾ ਸ਼ੁਰੂ ਹੋ ਜਾਵੇਗਾ ਹਵਾਵਾਂ ਚੱਕਰਵਾਤੀ ਇਸ ਇਲਾਕੇ ਵਿੱਚ ਇੱਕ ਲੋ ਪ੍ਰੈਸ਼ਰ ਏਰੀਆ ਬਣੇਗਾ ਤੇ ਉਸ ਤੋਂ ਬਾਅਦ ਘੁਮਾਦਰ ਹਵਾਵਾਂ ਵਧਣਗੀਆਂ ਤੇ ਇੱਕ ਚੱਕਰਵਾਤੀ ਤੂਫਾਨ ਦਾ ਰੂਪ ਹੈ ਜਿਹੜਾ ਇਹ 5 ਨਵੰਬਰ ਦੇ ਆਸ-ਪਾਸ ਲੈ ਜਾਵੇਗਾ ਤੇ ਉਸ ਤੋਂ ਬਾਅਦ ਇਹ ਜੋ ਇਹ ਇਹ ਚੱਕਰਵਾਤੀ ਹਵਾਵਾਂ ਦਾ ਕੇਂਦਰ ਹੋਵੇਗਾ ਜਿਹਨੂੰ ਆਪਾਂ ਸਿਸਟਮ ਕਹਿੰਦੇ ਆ ਜਾਂ ਤੂਫਾਨ ਕਹਿੰਦੇ ਆ ਇਹ ਲਗਭਗ ਗੁਜਰਾਤ ਗੋਆ ਨੂੰ ਪ੍ਰਭਾਵਿਤ ਕਰਦਾ ਹੋਇਆ ਇਸ ਤਰ੍ਹਾਂ ਵਿੱਚ ਰਾਜਸਥਾਨ ਅਤੇ ਉਸ ਤੋਂ ਬਾਅਦ ਪੱਛਮ ਦਿਸ਼ਾ ਵੱਲ ਨੂੰ ਇਸ ਦੇ ਇਸ ਤਰ੍ਹਾਂ ਖਿਸਕਣ ਦੇ ਅਸਰ ਨੇ ਸੋ ਪੰਜਾਬ ਉੱਪਰ ਜੇਕਰ ਇਹਦੀ ਗੱਲ ਕਰੀਏ ਆਪਾਂ ਤਾਂ ਉਸ ਤੋਂ ਪਹਿਲਾਂ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਆ ਦਰਮਿਆਨੇ ਤੋਂ ਲੈ ਕੇ ਭਾਰੀ ਰੂਪ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਹੜਾ ਕਿ ਲਗਭਗ 6 ਤੋਂ ਲੈ ਕੇ 5 ਜਾਂ 6 ਤੋਂ ਲੈ ਕੇ 7 ਜਾਂ 8 ਨਵੰਬਰ ਦੇ ਦਰਮਿਆਨ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਹਾਲੇ ਜਿਹੜੀ ਅਪਡੇਟ ਆ ਸਿਰਫ ਅਨੁਮਾਨ ਦੇ ਆਧਾਰ 'ਤੇ ਜੋ ਹੁਣ ਦੇ ਆਪਾਂ ਨੂੰ ਅਨੁਮਾਨ ਵਣਦਾ ਨਜ਼ਰ ਆਇਆ ਜੋ ਸੰਭਾਵਨਾਵਾਂ ਵਧ ਰਹੀਆਂ ਨੇ ਹਾਲੇ 100% ਸਟੀਕ ਜਾਣਕਾਰੀ ਆਪਾਂ ਇਹਨੂੰ ਨਹੀਂ ਕਹਿ ਸਕਦੇ ਕਿਉਂਕਿ ਇਹ ਜਿਹੜੇ ਚੱਕਰਵਾਤੀ ਤੂਫਾਨ ਹੁੰਦੇ ਆ ਨੇ ਇਹਨਾਂ ਦਾ ਰੂਟ ਆ ਜਿਹੜਾ ਅਕਸਰ ਬਦਲਦਾ ਰਹਿੰਦਾ ਹੈ ਸੋ ਬਾਕੀ ਆਪਾਂ ਅਗਲੇ ਦਿਨਾਂ ਦੇ ਵਿੱਚ ਇਹਦੀ ਅਪਡੇਟ ਤੁਹਾਡੇ ਨਾਲ ਸਮੇਂ-ਸਮੇਂ ਤੇ ਜਰੂਰ ਸਾਂਝੀ ਕਰਦੇ ਰਹਾਂਗੇ ਸਮੇਂ ਤੋਂ ਪਹਿਲਾਂ ਅਪਡੇਟ ਦੇਣ ਦਾ ਆਪਣਾ ਮਕਸਦ ਇਹ ਹੀ ਹੁੰਦਾ ਹੈ ਕਿ ਖਾਸ ਤੌਰ ਤੇ ਜੋ ਆਪਣੇ ਕਿਸਾਨ ਵੀਰ ਨੇ ਉਹ ਸਮਾਂ ਰਹਿੰਦੇ ਆਪਣੀਆਂ ਫਸਲਾਂ ਸੰਬੰਧੀ ਕਾਰਵਾਈਆਂ ਕਰ ਸਕਣ ਪੂਰੇ ਕੰਮ ਕਰ ਸਕਣ ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ ਜਾਂ ਮੀਂਹ ਜਾਂ ਕਿਸੇ ਮੌਸਮ ਬਦਲਣਾ ਜੋ ਨੁਕਸਾਨ ਹੋਣਾ ਹੈ ਉਸ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕੇ ਤੇ ਹੁਣ ਗੱਲ ਕਰਦੇ ਆ ਪੰਜਾਬ ਦੇ ਉੱਪਰ ਪ੍ਰਭਾਵ ਦੀ ਇਸ ਦਾ ਪੰਜਾਬ ਦੇ ਉੱਪਰ ਪ੍ਰਭਾਵ ਆਪਾਂ ਨੂੰ ਲਗਭਗ 7 ਨਵੰਬਰ ਤੋਂ ਬਾਅਦ ਦੇਖਣ ਨੂੰ ਮਿਲੇਗਾ ਅਵਾਂਮਾ ਥੋੜੀਆਂ ਤੇਜ਼ ਹੋ ਸਕਦੀਆਂ ਨੇ ਕਈ ਇਲਾਕਿਆਂ ਦੇ ਵਿੱਚ ਜਿੱਤੇ ਜਿਸ ਦੇ ਚੱਲਦੇ ਪੰਜਾਬ ਦੇ ਕੁਝ ਜਿਹੜੇ ਦੱਖਣ ਪੱਛਮੀ ਇਲਾਕੇ ਹੋਣਗੇ ਖਾਸ ਤੌਰ ਤੇ ਜਿਵੇਂ ਮਾਨਸਾ ਬਠਿੰਡਾ ਤੋਂ ਲੈ ਕੇ ਫਾਜ਼ਿਲਕਾ ਫਰੀਦਕੋਟ ਮੁਕਸਰ ਹੋ ਗਿਆ ਕੁਝ ਭਾਗ ਬਰਨਾਲੇ ਦੇ ਹੋਗੇ ਇਸ ਤੋਂ ਇਲਾਵਾ ਫਾਜ਼ਿਲਕਾ ਫਰੀਦ ਬਣੇ ਫਿਰੋਜ਼ਪੁਰ ਦੇ ਇਲਾਕੇ ਹੋਗੇ ਕੁਝ ਤਰਨਤਾਰਨ ਸਾਹਿਬ ਤੋਂ ਅਮਰਸਰ ਮੋਗਾ ਜ਼ਿਲ੍ਹਾ ਹੋ ਗਿਆ ਬਰਨਾਲਾ ਹੋ ਗਿਆ ਤੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਮੌਸਮੜਾ ਥੋੜਾ ਜਿਹਾ ਬਦਲ ਸਕਦਾ ਹੈ ਜਿਆਦਾ ਸੰਭਾਵਨਾ ਹੈ ਤੇ ਬਾਕੀ ਇਲਾਕਿਆਂ ਵਿੱਚ ਸੰਭਾਵਨਾ ਹਾਲੇ ਘੱਟ ਬਣ ਰਹੀ ਹੈ ਤੇ ਇਹ ਸਿਸਟਮ ਦੇ ਚੱਲਦੇ ਪੰਜਾਬ ਦੇ ਵਿੱਚ ਆਪਾਂ ਨੂੰ 8 9 ਨਵੰਬਰ ਦੇ ਆਸ-ਪਾਸ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਗਰਜ ਚਮਕ ਵਾਲਾ ਤੇਜ਼ ਹਵਾਵਾਂ ਬੱਦਲ ਵਾਗੇ ਤੇ ਕਈ ਇਲਾਕਿਆਂ ਵਿੱਚ ਹੋ ਸਕਦਾ ਹੈ ਕਿ ਮੀਂਹ ਵੀ ਬਚਾਰਾਂ ਦੇ ਰੂਪ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਇਹ ਸਿਸਟਮ ਜਿਹੜਾ ਇੱਥੇ ਤੱਕ ਆਉਂਦਾ ਹੋਇਆ ਥੋੜਾ ਬਹੁਤ ਕਮਜ਼ੋਰ ਝਰੂਰ ਪੈ ਜਾਵੇਗਾ ਪਰ ਇਹ ਇੰਨਾ ਕੁ ਕਹਦੀ ਆ ਫਾ ਵੀ ਥੋੜਾ ਸ਼ਕਤੀਸ਼ਾਲੀ ਰਹਿ ਜਾਵੇਗਾ ਕਿ ਬਰਸਾਤ ਕਈ ਜ਼ਿਲ੍ਹਿਆਂ ਦੇ ਵਿੱਚ ਦੇ ਸਕਦਾ ਹੈ ਤੇ ਬਾਕੀ ਜੇਕਰ ਇਹਦੇ ਰੂਟ ਦੇ ਵਿੱਚ ਤਬਦੀਲੀ ਦੀ ਇੱਕ ਸੰਭਾਵਨਾ ਹੋਣੂ ਵੀ ਹੋਰ ਵੀ ਬਣਦੀ ਨਜ਼ਰ ਆ ਰਹੀ ਹੈ ਕਿ ਇਹ ਜਿਹੜਾ ਸਿਸਟਮ ਹੈ ਲਗਭਗ ਇਸ ਤਰ੍ਹਾਂ ਵੱਧਦਾ ਹੋਇਆ ਹੋ ਸਕਦਾ ਹੈ ਕਿ ਰਾਜਸਥਾਨ ਤੋਂ ਪਾਕਿਸਤਾਨ ਦੇ ਇਲਾਕਿਆਂ ਵੱਲ ਖਿਸਕ ਸਕਦਾ ਹੈ ਤੇ ਜਿਸ ਦੇ ਚੱਲਦੇ ਪੰਜਾਬ ਦਾ ਜੋ ਇਲਾਕਾ ਹੈ ਉਹ ਇਸ ਸਿਸਟਮ ਤੋਂ ਬਚ ਵੀ ਸਕਦਾ ਹੈ ਤੇ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਬਰਸਾਤੀ ਕਾਰਵਾਈਆਂ ਦੇ ਚਾਂਸ ਨੇ ਘਟ ਵੀ ਸਕਦੇ ਨੇ ਸੋਦੇ ਕੁੱਲ ਮਿਲਾ ਕੇ ਆਪਾਂ ਸੰਖੇਪ ਵਿੱਚ ਵਿੱਚ ਕਹੀ ਹੈ ਤਾਂ ਅਰਬ ਸਾਗਰ ਦੇ ਵਿੱਚ ਇੱਕ 3-4 ਨਵੰਬਰ ਦੇ ਆਸ-ਪਾਸ ਚੱਕਰਵਾਤੀ ਤੂਫਾਨ ਦਾ ਜਿਹੜਾ ਕੇਂਦਰ ਆ ਸ਼ੁਰੂ ਹੋਵੇਗਾ ਜਿਹੜਾ ਕਿ 7 ਤੋਂ ਬਾਅਦ 8 ਜਾਂ 9-10 ਨਵੰਬਰ ਦੇ ਆਸ-ਪਾਸ ਪੰਜਾਬ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਇਹਨਾਂ ਕਹੀਏ 2-3 ਦਿਨਾਂ ਦੇ ਵਿੱਚ 8-9 ਜਾਂ 10 ਨਵੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਨਾਲ ਮੀਂਹ ਦੇ ਹਾਲਾਤ ਬਣ ਸਕਦੇ ਨੇ ਗਰਜ ਚਮਕ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਬਾਕੀ ਅਗਲੇ ਦਿਨਾਂ ਦੇ ਵਿੱਚ ਆਪਾਂ ਅਗਲੀ ਅਪਡੇਟ ਸਮੇਂ-ਸਮੇਂ ਤੇ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿ ਇਹ ਸਿਸਟਮ ਕਮਜ਼ੋਰ ਹੋ ਰਿਹਾ ਚੱਕਰਵਾਤੀ ਹਵਾਵਾਂ ਦਾ ਜੋ ਕੇਂਦਰ ਹੈ ਤੂਫਾਨ ਹੈ ਇਹ ਕਮਜ਼ੋਰ ਹੋ ਰਿਹਾ ਹੋਰ ਸ਼ਕਤੀਸ਼ਾਲੀ ਹੋ ਰਿਹਾ ਜਾਂ ਫਿਰ ਇਸ ਦਾ ਜੋ ਰਸਤਾ ਹੈ ਨਵਾਂ ਰੂਟ ਹੈ ਉਹ ਕਿਸ ਦਿਸ਼ਾ ਦੇ ਵਿੱਚ ਬਣ ਰਿਹਾ ਹੈ ਸੋ ਲਗਾਤਾਰੀ ਅਪਡੇਟਾਂ ਪ੍ਰਾਪਤ ਕਰਦੇ ਰਹਿਣ ਲਈ ਤੁਸੀਂ ਚੈਨਲ ਪੰਜਾਬ ਵੈਦਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਸਮੇਂ ਦੀ ਹਰ ਮੌਸਮ ਦੀ ਸਹੀ ਅਤੇ ਸਹੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਹੁਣ ਇਜਾਜ਼ਤ ਦਿਓ ਧੰਨਵਾਦ ਜੀ